ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਸਾਡੇ YouTube ਚੈਨਲ ਦੀਪ ਜੋਬ ਪੋਰਟਲ ਤੇ। ਤੇ ਪਿਆਰੇ ਦੋਸਤੋ, ਸਭ ਤੋਂ ਪਹਿਲਾਂ ਤਾਂ ਸਾਰੇ ਭੈਣਾਂ ਭਰਾਵਾਂ ਨੂੰ ਮੇਰੇ ਵੱਲੋਂ ਸਾਡੇ ਚੈਨਲ ਵੱਲੋਂ ਬਾਬਾ ਨਾਨਕ ਜੀ ਦੇ ਗੁਰਪੁਰਬ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ। ਤੇ ਤੁਹਾਡੇ ਜਿਹੜੇ ਵੀ ਕੰਮ ਨੇ, ਜਿਹੜੇ ਜਿਹੜੇ ਕੈਂਡੀਡੇਟਸ ਮੈਨੂੰ ਸੁਣ ਰਹੇ ਨੇ, ਉਹਨਾਂ ਦੀਆਂ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੋਣ, ਅਸੀਂ ਇਹੀ ਤੁਹਾਡੇ ਲਈ ਜਿਹੜੀ ਆ ਦੁਆ ਕਰਦੇ ਹਾਂ। ਤੇ ਦੂਜੀ ਦੋਸਤੋ, ਵੱਡੀ ਖੁਸ਼ਖਬਰੀ ਇਹ ਹੈ ਕਿ ਅੱਜ ਦੇ ਦਿਵਸ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਜਿਹੜੇ ਕਾਲੇ ਕਾਨੂੰਨ ਸੀ ਉਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ। ਬਹੁਤ ਵੱਡੀ ਖੁਸ਼ੀ ਦੀ ਖਬਰ ਆ ਸਾਰਿਆਂ ਲਈ, ਠੀਕ ਹੈ। ਤੇ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਇਸ ਵੀਡੀਓ ਰਿਲੇਟਡ, ਵੀਡੀਓ ਕਿਉਂ ਬਣਾ ਰਿਹਾ, ਵੀਡੀਓ ਦਾ ਮੁੱਦਾ ਕੀ ਹੈ, ਠੀਕ ਹੈ। ਇਸ ਵੀਡੀਓ ਵਿੱਚ ਦੋਸਤੋ ਤੁਹਾਨੂੰ ਆਪਾਂ ਇਹ ਦੱਸਣ ਲਈ ਵੀਡੀਓ ਬਣਾਈ ਆ ਕਿ ਜਿਹੜੀ ਪੰਜਾਬ ਹੋਮ ਗਾਰਡ ਦੀ ਭਰਤੀ ਦਾ ਅਨਾਊਂਸ ਕੀਤਾ ਗਿਆ ਚੰਨੀ ਸਾਹਿਬ ਦੁਆਰਾ, ਠੀਕ ਹੈ, ਇਹਦੇ ਵਿੱਚ ਕੀ ਕੁਛ ਹੋਊਗਾ, ਕੀ ਯੋਗਤਾ ਹੋਊਗੀ, ਇਹਦੀ ਕਿੰਨੀ ਸੈਲਰੀ ਮਿਲੂਗੀ, ਕੀ ਇਹ ਭਰਤੀ ਵੱਖਰੀ ਹੋਊਗੀ ਕਾਂਸਟੇਬਲ ਦੀ ਭਰਤੀ ਨਾਲੋਂ ਜਾਂ ਵਿੱਚ ਹੀ ਇਨਕਲੂਡ ਹੋਣਾ ਇਹਨੇ, ਠੀਕ ਹੈ। ਤੁਹਾਡੀ ਸਾਰੀਆਂ ਗੱਲਾਂ ਦਾ ਜਵਾਬ ਆਪਾਂ ਇਸੇ ਵੀਡੀਓ ਦੇ ਵਿੱਚ ਦੇਵਾਂਗੇ। ਸੋ ਵੀਡੀਓ ਨੂੰ ਦੋਸਤੋ ਲਾਸਟ ਤੱਕ ਜ਼ਰੂਰ ਦੇਖਿਆ ਜਾਵੇ ਤਾਂ ਕਿ ਕੋਈ ਵੀ ਇਨਫੋਰਮੇਸ਼ਨ ਮਿਸਮੈਚ ਨਾ ਹੋ ਸਕੇ। ਸੋ ਸਭ ਤੋਂ ਪਹਿਲਾਂ ਤਾਂ ਗੱਲ ਕਰ ਲੈਂਦੇ ਹਾਂ ਦੋਸਤੋ, ਜਿਹੜਾ ਡਿਪਾਰਟਮੈਂਟ ਆ ਹੋਮਗਾਰਡ ਦਾ ਉਹ ਹੈਗਾ ਤਾਂ ਡਿਫੈਂਸ ਦਾ ਹੀ ਆ, ਠੀਕ ਹੈ, ਬਟ ਇਸ ਡਿਪਾਰਟਮੈਂਟ ਤੋਂ ਵੱਖਰਾ ਡਿਪਾਰਟਮੈਂਟ ਆ ਪੰਜਾਬ ਪੁਲਿਸ ਤੋਂ, ਠੀਕ ਹੈ, ਇਹਨਾਂ ਦੇ ਅੰਡਰ ਨਹੀਂ ਆਉਂਦਾ ਇਹ, ਠੀਕ ਹੈ। ਸੋ ਕਿਤੇ ਨਾ ਕਿਤੇ ਕਈ ਬੱਚਿਆਂ ਦੇ ਮਨ ਦੇ ਵਿੱਚ ਇਹੀ ਪ੍ਰਸ਼ਨ ਸੀਗਾ ਕਿ ਇਹਦੇ ਵਿੱਚ ਇਨਕਲੂਡ ਤਾਂ ਨਹੀਂ ਹੁੰਦੀਆਂ, ਸੋ ਇੱਦਾਂ ਨਹੀਂ ਹੁੰਦਾ ਦੋਸਤੋ, ਇੱਕ ਵੱਖਰੇ ਤੌਰ 'ਤੇ ਇਹਨਾਂ ਦਾ ਅਨਾਊਂਸਮੈਂਟ ਹੋਊਗਾ। ਸੋ ਇਹ ਜਿਹੜੀ ਖੁਸ਼ਖਬਰੀ ਆ ਉਹਨਾਂ ਕੈਂਡੀਡੇਟਸ ਲਈ ਖੁਸ਼ਖਬਰੀ ਜ਼ਿਆਦਾ ਹੋ ਜਾਂਦੀ ਆ ਜਿਨ੍ਹਾਂ ਦੇ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਵਿੱਚੋਂ ਘੱਟ ਨੰਬਰ ਨੇ। 25-30 ਵਾਲੇ ਕਈ ਬੱਚੇ ਜਿਹੜੇ ਮੈਸੇਜ ਕਰਦੇ ਹੁੰਦੇ ਨੇ ਉਹਨਾਂ ਵਾਸਤੇ ਖੁਸ਼ਖਬਰੀ ਆ, ਭਰਾਵੋ ਖਿੱਚ ਦਿਓ ਤਿਆਰੀ ਫਿਰ, ਠੀਕ ਹੈ। ਸੋ ਇਹਦੇ ਵਿੱਚ ਕੀ ਹੋਊਗਾ, ਇਹਦੇ ਵਿੱਚ ਦੋਸਤੋ ਤੁਹਾਡਾ ਇਕੱਲਾ ਫਿਜ਼ੀਕਲ ਹੀ ਹੋਊਗਾ, ਇਹਦੇ ਵਿੱਚ ਕੋਈ ਪੇਪਰ ਨਹੀਂ ਹੋਣਾ ਹੈਗਾ, ਠੀਕ ਹੈ, ਕਿਉਂਕਿ ਚੰਨੀ ਸਾਹਿਬ ਨੇ ਐਲਾਨ ਇਹੀ ਕੀਤਾ। ਮੈਂ ਆਪਣੀ ਪਹਿਲਾਂ ਵਾਲੀ ਵੀਡੀਓ ਵਿੱਚ ਚੰਨੀ ਸਾਹਿਬ ਦੀ ਕਲਿੱਪ ਐਡ ਕੀਤੀ ਸੀ ਜਿਹਦੇ ਵਿੱਚ ਉਹ ਬੋਲ ਰਹੇ ਨੇ ਕਿ ਇਹਦੇ ਵਿੱਚ ਕੋਈ ਪੇਪਰ ਨਹੀਂ ਲਿਆ ਜਾਊਗਾ, ਕੱਦ ਦੇ ਹਿਸਾਬ ਨਾਲ ਤੁਹਾਡੇ ਤੁਹਾਡੇ ਜਿਵੇਂ ਹੁਣ ਕੁਆਲੀਫਿਕੇਸ਼ਨ ਉਹਦੇ ਹਿਸਾਬ ਨਾਲ ਨੰਬਰ ਲੱਗਣਗੇ, ਜਿਵੇਂ ਪਹਿਲਾਂ ਹੋਇਆ ਕਰਦਾ ਸੀਗਾ। 16 'ਚ ਭਰਤੀ ਨਹੀਂ ਆਈ ਸੀਗੀ ਪੰਜਾਬ ਪੁਲਿਸ ਦੀ, ਉਦੋਂ ਐਵੇਂ ਹੀ ਹੁੰਦਾ ਸੀਗਾ, ਠੀਕ ਹੈ, ਪਹਿਲਾਂ ਤੁਹਾਡੇ ਟ੍ਰਾਇਲ ਲਏ ਜਾਂਦੇ ਸੀਗੇ, ਨੰਬਰ ਤੁਹਾਡੇ ਐਡ ਹੋ ਜਾਂਦੇ ਸੀਗੇ ਹਾਈਟ ਦੇ, ਅਤੇ ਕੁਆਲੀਫਿਕੇਸ਼ਨ ਦੇ ਤੁਹਾਡੇ ਨੰਬਰ ਐਡ ਹੋ ਕੇ ਫਿਰ ਮੈਰਿਟ ਬਣਦੀ ਸੀ। ਸੋ ਇਹਦੇ ਵਿੱਚ ਵੀ ਇੱਦਾਂ ਹੀ ਹੋਣਾ, ਠੀਕ ਹੈ। ਸੋ ਆਪਣੀ ਤਿਆਰੀ ਬਰਕਰਾਰ ਰੱਖੋ, ਖਿੱਚ ਦਿਓ ਤਿਆਰੀ, ਜਿਹੜੇ ਜਿਹੜੇ ਕੈਂਡੀਡੇਟ ਤਿਆਰੀ ਛੱਡੀ ਬੈਠੇ ਨੇ, ਠੀਕ ਹੈ, ਉਹਨਾਂ ਵਾਸਤੇ ਬਹੁਤ ਜਿਹੜੀ ਆ ਮੈਂ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੀ ਯਾਰ ਤਿਆਰੀ ਖਿੱਚ ਦਿਓ, ਠੀਕ ਹੈ। ਸੋ ਇਹਦੇ ਵਿੱਚ ਇੱਕ ਦੋਸਤੋ ਹੋਰ ਵੱਡੀ ਗੱਲ ਸਾਹਮਣੇ ਆਉਂਦੀ ਹੈ ਕਿ ਇਹਦੇ ਵਿੱਚ ਜਿਹੜੀ ਯੋਗਤਾ ਕੀ ਰੱਖੀ ਜਾਊਗੀ। ਦੋਸਤੋ ਯੋਗਤਾ ਦੀ ਗੱਲ ਕਰੀਏ, ਯੋਗਤਾ ਇਹਦੇ ਵਿੱਚ ਹੋਣੀ ਹੈ 10ਵੀਂ ਬੇਸ 'ਤੇ ਇਹ ਜਿਹੜੀ ਭਰਤੀ ਨਿਕਲਣੀ ਹੈ, ਠੀਕ ਹੈ। ਅਤੇ ਉਸ ਤੋਂ ਬਾਅਦ ਤਨਖਾਹ ਦੀ ਗੱਲ ਕਰੀਏ ਦੋਸਤੋ, ਇਹਦੇ ਵਿੱਚ ਬਕਾਇਦਾ ਤਨਖਾਹ ਤੁਹਾਨੂੰ ਪ੍ਰਤੀ ਮਹੀਨਾ 12-15 ਹਜ਼ਾਰ ਦੇ ਵਿੱਚ ਮਿਲਣੀ ਆ ਪ੍ਰੋਬੇਸ਼ਨ ਪੀਰੀਅਡ ਦੇ ਦੌਰਾਨ, ਉਸ ਤੋਂ ਬਾਅਦ ਤੁਹਾਡੀ ਜਿਹੜੀ ਤਨਖਾਹ ਕੀ ਵੱਧ ਸਕਦੀ ਹੈ। ਸੋ ਠੀਕ ਹੈ, ਤਨਖਾਹ ਮੈਟਰ ਨਹੀਂ ਕਰਦੀ ਆ ਟਾਈਮ ਦੇ ਵਿੱਚ, ਕਿਉਂਕਿ ਜਿਹੜੇ ਵੀਰਾਂ ਭਰਾਵਾਂ ਦਾ ਸੁਪਨਾ ਹੁੰਦਾ ਇੱਕ, ਠੀਕ ਹੈ, ਪੰਜਾਬ ਪੁਲਿਸ ਵਿੱਚ ਜਾਣਾ ਜਾਂ ਪੰਜਾਬ ਪੁਲਿਸ ਹੋਮਗਾਰਡ ਵਿੱਚ ਜਾਣਾ, ਕਈ ਵਾਰ ਆਪਾਂ ਕਹਿੰਦੇ ਹੁੰਦੇ ਨਾ ਵੀ ਇੱਕ ਵਾਰ ਆਪਾਂ ਡਿਪਾਰਟਮੈਂਟ ਦੇ ਵਿੱਚ ਵੜ ਗਏ ਤਾਂ ਤਰੱਕੀ ਤਾਂ ਬਾਅਦ 'ਚ ਹੋਈ ਜਾਂਦੀ ਹੁੰਦੀ ਆ, ਤਨਖਾਹਾਂ ਤਾਂ ਦੋਸਤੋ ਵੱਧਦੀਆਂ ਹੀ ਰਹਿੰਦੀਆਂ ਨੇ, ਠੀਕ ਹੈ। ਅੱਜ ਦੇ ਟਾਈਮ ਵਿੱਚ ਇੰਨੀ ਬੇਰੁਜ਼ਗਾਰੀ ਹੋ ਗਈ ਕਿ ਇੱਕ PN ਦੀ ਪੋਸਟ ਲਈ ਵੀ ਪੋਸਟ ਗ੍ਰੈਜੂਏਸ਼ਨ ਤੱਕ ਦੇ ਜਿਹੜੇ ਬੰਦੇ ਨੇ ਉਹ ਅਪਲਾਈ ਕਰਦੇ ਨੇ। ਸੋ ਇਹਨਾਂ ਗੱਲਾਂ ਕਰਕੇ ਆਪਾਂ ਕਹਿ ਦਿੰਦੇ ਹਾਂ ਵੀ ਸਰਕਾਰੀ ਨੌਕਰੀ ਤਾਂ ਸਰਕਾਰੀ ਹੀ ਹੁੰਦੀ ਹੈ, ਭਾਵੇਂ ਉਹ PN ਦੀ ਹੋਵੇ ਭਾਵੇਂ ਉਹ, ਠੀਕ ਹੈ, ਅਫਸਰ ਦੀ ਹੋਵੇ। ਸੋ ਇੱਦਾਂ ਨਹੀਂ ਤੁਸੀਂ ਦੇਖਣਾ ਹੈਗਾ। ਬਾਕੀ ਇਹੀ ਮੈਂ ਵਾਰ ਵਾਰ ਤੁਹਾਨੂੰ ਕਹਿਣਾ ਚਾਹੂੰਗਾ ਕਿ ਆਪਣੀ ਤੁਸੀਂ ਤਿਆਰੀ ਖਿੱਚ ਕੇ ਰੱਖੋ। ਅਤੇ ਬਾਕੀ ਇਹ ਭਰਤੀ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਦੇ ਵਿੱਚ ਐਡ ਨਹੀਂ ਹੁੰਦੀ, ਮੈਂ ਫਿਰ ਇਹ ਗੱਲ ਕਹਿਣਾ ਚਾਹੂੰਗਾ, ਠੀਕ ਹੈ। ਇਹਨਾਂ ਦਾ ਵੱਖਰਾ ਤੌਰ 'ਤੇ ਪ੍ਰੋਸੀਜਰ ਹੋਊਗਾ। ਅਤੇ ਵੇਟ ਹੁਣ ਇਹੀ ਹੈ ਕਿ ਇਹਦਾ ਅਫੀਸ਼ੀਅਲ ਨੋਟੀਫਿਕੇਸ਼ਨ ਕਦੋਂ ਆਉਂਦਾ, ਠੀਕ ਹੈ। ਅਫੀਸ਼ੀਅਲ ਨੋਟੀਫਿਕੇਸ਼ਨ ਜਦੋਂ ਵੀ ਆ ਗਿਆ ਅਸੀਂ ਤੁਹਾਡੇ ਸਾਹਮਣੇ ਜਿਹੜਾ ਲੈ ਕੇ ਆਵਾਂਗੇ, ਤੁਹਾਡੇ ਸਾਹਮਣੇ ਸ਼ੇਅਰ ਕਰਾਂਗੇ, ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਆਪਾਂ ਰੱਖਾਂਗੇ। ਸੋ ਕੈਂਡੀਡੇਟ ਜਿਹੜੇ ਜਿਹੜੇ ਕੈਂਡੀਡੇਟ ਮੈਨੂੰ ਕੱਲ੍ਹ ਮੈਸੇਜ ਕਰ ਰਹੇ ਸੀਗੇ ਇੰਸਟਾ ਦੇ ਉੱਪਰ ਅਤੇ ਕਮੈਂਟ ਵੀ ਕਰ ਰਹੇ ਸੀਗੇ ਕਿ ਸਰ ਇਹ ਕਿਵੇਂ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਜਾਂ ਨਾ, ਸੋ ਬਿਲਕੁਲ ਇਹ ਮੁੰਡੇ ਕੁੜੀਆਂ ਦੀ ਭਰਤੀ ਹੋਊਗੀ, ਠੀਕ ਹੈ ਜੀ। ਅਤੇ ਬਾਕੀ ਮੈਂ ਇਹੀ ਕਹਿਣਾ ਚਾਹੂੰਗਾ ਕਿ ਹਜੇ ਇਹ ਔਨਲਾਈਨ ਅਪਲਾਈ ਨਹੀਂ ਹੋਣ ਲੱਗਿਆ, ਜਦੋਂ ਵੀ ਅਫੀਸ਼ੀਅਲ ਨੋਟੀਫਿਕੇਸ਼ਨ ਆ ਕੇ ਇਹਨਾਂ ਦੀਆਂ ਡੇਟਸ ਆ ਗਈਆਂ ਉਦੋਂ ਤੋਂ ਇਹ ਅਫੀਸ਼ੀਅਲ ਅਪਲਾਈ ਹੋਣ ਲੱਗ ਜਾਣਗੀਆਂ। ਸੋ ਬਾਕੀ ਜਿਹੜੀਆਂ ਜਿਹੜੇ ਜਿਹੜੇ ਵੀਰਾਂ ਭਰਾਵਾਂ ਦੀ ਕੋਈ ਕੁਐਰੀਜ਼ ਹੁੰਦੀਆਂ ਨੇ, ਠੀਕ ਹੈ, ਉਹ ਸਾਨੂੰ ਇੰਸਟਾਗ੍ਰਾਮ ਚੈਨਲ ਦੇ ਉੱਪਰ ਇੰਸਟਾਗ੍ਰਾਮ ਦੇ ਆਈਡੀ ਦੇ ਉੱਪਰ ਸਾਨੂੰ ਦੱਸ ਸਕਦੇ ਨੇ, ਤੁਹਾਡੀ ਹਰ ਇੱਕ ਗੱਲ ਦਾ ਜਵਾਬ ਦਿੱਤਾ ਜਾਊਗਾ, ਠੀਕ ਹੈ। ਸੋ ਬਾਕੀ ਚੈਨਲ ਨੂੰ ਸਪੋਰਟ ਕਰਨ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ। ਤੁਹਾਡੇ ਕਰਕੇ ਹੀ ਅਸੀਂ ਜਿਹੜਾ ਤੁਹਾਡੇ ਲਈ ਅਪਡੇਟ ਲੈ ਕੇ ਆਉਂਦੇ ਹਾਂ, ਤੁਹਾਡੇ ਕਰਕੇ ਹੀ। ਜਿਵੇਂ ਹੁਣ ਕਈ ਬੱਚੇ ਮੈਸੇਜ ਕਰਦੇ ਹੁੰਦੇ ਨੇ ਕਿ ਸਰ ਆਹ ਟੌਪਿਕ 'ਤੇ ਵੀਡੀਓ ਬਣਾਓ, ਉਹੀ ਟੌਪਿਕ ਦੇ ਉੱਪਰ ਅਸੀਂ ਵੀਡੀਓ ਬਣਾ ਕੇ ਲੈ ਕੇ ਆਉਂਦੇ ਹਾਂ।
ਇੰਸਟਾ ਦੇ ਉੱਪਰ ਬਹੁਤ ਬੱਚੇ ਮੈਨੂੰ ਇਹੀ ਮੈਸੇਜ ਕਰਦੇ ਨੇ ਕਿ ਆਹ ਟੌਪਿਕ ਲੈ ਕੇ ਆਓ, ਪਹਿਲਾਂ ਆਪਣਾ ਸਬ ਇੰਸਪੈਕਟਰ ਰਿਲੇਟਡ ਵੀਡੀਓ ਪਾਈ ਸੀਗੀ ਮੈਂ, ਕਿਉਂਕਿ ਸਮੇਂ-ਸਮੇਂ ਤੇ ਅਪਡੇਟ ਦੇਣਾ ਬਹੁਤ ਜ਼ਰੂਰੀ ਹੁੰਦਾ। ਜਿਵੇਂ ਕਈ ਬੱਚੇ ਨੈਗੇਟਿਵ ਕਮੈਂਟ ਕਰਦੇ ਨੇ ਕਿ ਸਰ ਐਵੇਂ ਨਹੀਂ, ਐਵੇਂ ਤੁਸੀਂ ਵੀਡੀਓ ਪਾਈ ਜਾਂਦੇ ਹੋ। ਭਰਾਵੋ, ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਇਹ ਕੰਮ ਦਾ, ਤੁਹਾਡੇ ਅਪਡੇਟਸ ਕਰਕੇ, ਕਿਸੇ ਇੱਕ ਬੱਚੇ ਕਰਕੇ। ਹੁਣ ਇੱਕ ਬੱਚੇ ਨੇ ਕਹਿਤਾ ਵੀ ਇਹਦੀ ਮੈਨੂੰ ਦੱਸੋ, ਠੀਕ ਹੈ, ਇੱਕ ਬੱਚੇ ਕਰਕੇ ਨਹੀਂ ਆਪਾਂ ਪਾਉਂਦੇ, ਮੈਨੂੰ ਉਸ ਰਿਲੇਟਡ ਬਹੁਤ ਸਾਰੇ ਕਮੈਂਟ ਜਦੋਂ ਆ ਜਾਂਦੇ ਨਾ, ਮੈਨੂੰ ਐਂ ਲਾ ਲਓ 50-60 ਬੱਚਿਆਂ ਦੇ ਇੱਕੋ ਹੀ ਟੌਪਿਕ ਦੇ ਕਮੈਂਟ ਆਉਂਦੇ ਨੇ, ਫਿਰ ਮੈਂ ਉਹ ਵੀਡੀਓ ਬਣਾਉਣਾ। ਠੀਕ ਹੈ, ਜਿਹੜੇ ਬੱਚੇ ਜਿਵੇਂ ਹੁਣ ਕਿਸੇ ਇੱਕ ਬੱਚੇ ਨੇ ਕਰਤਾ ਵੀ ਕੱਟ ਆਫ ਦੀ ਬਣਾਓ, ਮੈਂ ਉਹਨਾਂ ਨੂੰ ਕਹਿ ਦਿੰਦਾ ਭਾਈ ਪਲੇਲਿਸਟ 'ਚ ਵੀਡੀਓ ਪਈ ਹੈ, ਤੁਸੀਂ ਜਾ ਕੇ ਦੇਖ ਲਓ। ਠੀਕ ਹੈ, ਸੋ ਇਦਾਂ ਆਪਾਂ ਉਹ ਨਹੀਂ ਕਰਦੇ ਹੈਗੇ। ਜਦੋਂ ਬੱਚੇ ਜ਼ਿਆਦਾਤਰ ਕਹਿੰਦੇ ਹੁੰਦੇ ਨੇ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ, ਦੁਬਾਰੇ ਬਣਾਈ ਜਾਵੇ, ਤਾਂ ਮੈਂ ਜਿਹੜੀ ਆ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਉਣਾ। ਸੋ ਇਸ ਤਰ੍ਹਾਂ ਦੀ ਚੀਜ਼ਾਂ ਤੋਂ ਪਰਹੇਜ਼ ਕਰਿਆ ਕਰੋ। ਠੀਕ ਹੈ, ਸੋ ਮਿਲਾਂਗੇ ਦੋਸਤੋ ਨੈਕਸਟ ਵੀਡੀਓ ਵਿੱਚ, ਨੈਕਸਟ ਅਪਡੇਟ ਵਿੱਚ। ਤਦ ਤੱਕ ਲਈ ਰਹੋ ਅਪਡੇਟ ਸਾਡੇ ਚੈਨਲ 'ਤੇ। ਧੰਨਵਾਦ ਜੀ।